ਸੱਚੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ ਯੂਟਿਊਬ ਚੈਨਲ ਗੁਰੂ ਕਿਰਪਾ ਬੁਟੀਕ ਐਂਡ ਬਲੌਗਸ ਵਿੱਚ। ਅੱਜ ਦੀ ਵੀਡੀਓ ਵਿੱਚ ਭਾਰਤੀ ਦੇ ਸੂਟ ਲੈ ਕੇ ਆਏ ਤੁਹਾਡੇ ਲਈ। ਹੈਂਡਵਰਕ ਸੂਟ ਹੈ ਜੀ, ਕਲਰ ਕੋਂਬੀਨੇਸ਼ਨ ਬਹੁਤ ਸੋਹਣੇ, ਬਰਾਈਟ ਕਲਰ ਹੈ ਅਤੇ ਵਿਆਹ ਅਤੇ ਫੰਕਸ਼ਨ ਪਾਉਣ ਲਈ ਬਹੁਤ ਸੋਹਣੇ ਸੂਟ ਹੈ। ਠੀਕ ਹੈ ਜੀ, ਦਿਖਾਉਂਦੇ ਇਹਨਾਂ ਵਿੱਚ ਕੋਈ ਪਸੰਦ ਆਉਂਦਾ ਤਾਂ ਤੁਸੀਂ ਔਡਰ ਕਰਨਾ ਜੀ ਮੇਰੇ ਨੰਬਰ 'ਤੇ। ਮੇਰਾ ਨੰਬਰ ਹੈ ਜੀ 9888867। ਹਾਂਜੀ, ਰਾਣੀ ਸ਼ੇਡ ਮਜੰਟਾ ਕਲਰ ਬਹੁਤ ਸੋਹਣਾ ਸੂਟ ਹੈ ਜੀ। ਵਰਕ ਬਹੁਤ ਵਧੀਆ ਜੀ, ਟੋਟਲ ਹੈਂਡ ਵਰਕ ਆ, ਸਟੱਫ ਕਰੀਬ ਰਹੇਗਾ ਜੀ। ਫਰੰਟ ਅਤੇ ਉੱਪਰ ਫਲਾਵਰ ਹੈ ਜੀ ਪਾਏ ਹੋਏ, ਟੋਟਲੀ ਹੈਂਡ ਵਰਕ ਸੂਟ ਹੈ ਜੀ। ਕਲਰ ਵੀ ਬਹੁਤ ਸੋਹਣਾ ਹੈ ਜੀ, ਸਟੱਫ ਤਾਂ ਵਧੀਆ ਪਾਈ ਹੈ ਜੀ। ਰੰਗ ਇਹਦਾ ਕਰੀਬ ਦਾ ਅਤੇ ਨੀਚੇ ਘੇਰੇ ਦੀ ਡਿਜ਼ਾਇਨ ਦੇਖੋ ਬਹੁਤ ਸੋਹਣੀ ਹੈ ਜੀ। ਹੈਵੀ ਘੇਰਾ ਬਣਾਇਆ ਹੋਇਆ, ਤਬਕਾ ਲੱਗਿਆ ਹੋਇਆ, ਫਰੰਟ ਵਰਕ ਵੀ ਲੱਗਿਆ ਹੋਇਆ ਜੀ। ਇੱਧਰ ਇਹ ਬਾਜੂ ਦੀ ਡਿਜ਼ਾਇਨਿੰਗ ਹੈ ਜੀ, ਬਹੁਤ ਸੋਹਣੀ। ਇਹਦੇ ਨਾਲ ਦੁਪੱਟਾ ਚਨਾਉਣ ਦਾ ਜੀ 2.5 ਮੀਟਰ ਦਾ ਬਹੁਤ ਸੋਹਣਾ ਦੁਪੱਟਾ, ਇਹਦੇ ਹੈਂਡ ਵਰਕ ਪਾਈ ਹੋਈ ਹੈ, ਪਾਈਪਿੰਗ ਲੱਗੀ ਹੋਈ ਹੈ, ਸੈਂਟਰ ਦੇ ਵਿੱਚ ਵਰਕ ਕੀਤਾ ਹੋਇਆ ਜੀ ਦੁਪੱਟੇ ਦਾ, ਬਹੁਤ ਸੋਹਣਾ 2.5 ਮੀਟਰ ਦਾ ਖੁੱਲ੍ਹਾ ਖੁੱਲ੍ਹਾ ਦੁਪੱਟਾ ਹੈ। 2 ਕਲਰ ਹੈ ਜੀ ਇਹਦੇ ਵਿੱਚ। ਹਾਂਜੀ, ਇੱਕ ਇਹ ਕਲਰ ਹੈ ਜੀ, ਇਹ ਵੀ ਕਲਰ ਬਹੁਤ ਸੋਹਣਾ ਜੀ। ਫਰੰਟ 'ਤੇ ਵਰਕ ਅਤੇ ਨੀਚੇ ਘੇਰੇ ਦੀ ਡਿਜ਼ਾਇਨ ਬਹੁਤ ਹੀ ਵਧੀਆ ਜੀ, ਲਾਈਟ ਗੋਲਡਨ ਦਾ ਕੋਂਬੀਨੇਸ਼ਨ, ਅਤੇ ਬਾਜੂ ਦੀ ਡਿਜ਼ਾਇਨ ਵੀ ਬਹੁਤ ਸੋਹਣੀ ਹੈ ਜੀ। ਅਤੇ ਚਨੌਨ ਦਾ ਦੁਪੱਟਾ ਜੀ ਵਿਦ ਕੱਟ ਵਰਕ, ਹੈਂਡ ਵਰਕ ਕੀਤਾ ਹੋਇਆ ਜੀ ਕੱਟ ਵਰਕ ਦੇ ਵਿੱਚ, ਅਤੇ ਫਲਾਵਰ ਪਾਏ ਹੋਏ ਕੋਰਨਰ ਦੇ ਵਿੱਚ ਵੱਡੇ ਫਲਾਵਰ, ਅਤੇ ਸੈਂਟਰ ਦੇ ਵਿੱਚ ਛੋਟੇ ਫਲਾਵਰ। ਬਹੁਤ ਸੋਹਣਾ ਸੂਟ ਹੈ ਜੀ, 5500 ਪ੍ਰਾਈਸ ਹੈ ਜੀ। ਹਾਂਜੀ, ਮਸਟਰਡ ਕਲਰ, ਟੋਟਲੀ ਹੈਂਡ ਵਰਕ, ਫਰੰਟ ਬਹੁਤ ਹੈਗੀ ਹੈ ਜੀ, ਪਾਰਟੀ ਵੇਅਰ ਫੰਕਸ਼ਨਲ ਸੂਟ ਹੈ ਜੀ। ਡਿਜ਼ਾਇਨਿੰਗ ਵੀ ਬਹੁਤ ਸੋਹਣੀ ਹੈ ਜੀ, ਅਤੇ ਪਿਓਰ ਔਰਗੈਨਜ਼ਾ ਸਟੱਫ ਹੈ ਜੀ, ਟੋਟਲੀ ਹੈਂਡ ਵਰਕ ਹੈ ਜੀ, ਅਤੇ ਨੀਚੇ ਘੇਰੇ 'ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ। ਵਾਪਸ ਆਏਗੀ ਜੀ ਤੁਸੀਂ, ਕਲਰ ਬਹੁਤ ਵਧੀਆ ਜੀ। ਕਰੇਪ ਦੀ ਬੋਟਮ ਰਹੇਗੀ ਜੀ ਪਲੇਨ, ਵਿਦ ਹੈਂਡ ਵਰਕ ਜੀ, ਬਹੁਤ ਸੋਹਣਾ ਫੋਰਸ ਵਰਕ ਹੈ ਜੀ ਕੀਤਾ, ਇਹ ਤਾਂ ਫੋਰਸ ਲਾਏਗੀ ਜੀ ਦੁਪੱਟੇ ਨੂੰ, ਸੈਂਟਰ ਦੇ ਵਿੱਚ ਗੋਟੀਆਂ ਪਾਈ ਹੋਈਆਂ ਜੀ, ਫਲਾਵਰ ਪਾਏ ਹੋਏ, ਵੀ ਬਹੁਤ ਸੋਹਣਾ ਸੂਟ ਹੈ ਜੀ। 6500 ਪ੍ਰਾਈਸ ਹੈ ਜੀ ਸੂਟ ਦਾ, ਪਿਓਰ ਔਰਗੈਨਜ਼ਾ ਦਾ ਦੁਪੱਟਾ ਹੈ ਜੀ, ਬਿਲਕੁਲ ਸੋਫਟ ਵਾਲਾ ਦੁਪੱਟਾ ਹੈ ਜੀ। ਹਾਂਜੀ, ਰੈੱਡ ਕਲਰ ਪਾਰਟੀ ਵੇਅਰ ਸੂਟ ਹੈ ਜੀ, ਟੋਟਲੀ ਹੈਂਡ ਵਰਕ, ਉੱਪਰ ਛੋਟੇ ਫਲਾਵਰ ਅਤੇ ਨੀਚੇ ਘੇਰ ਕੇ ਵੀ ਪੇਲ ਪਾਈ ਹੋਈ ਹੈ, ਅਤੇ ਫਲਾਵਰ ਪਲਸ ਵਰਕ ਕੀਤਾ ਹੋਇਆ ਜੀ, ਅਤੇ ਫਲਾਵਰ ਬਹੁਤ ਸੋਹਣੀ ਹੈ ਜੀ, ਫਿਨਿਸ਼ਿੰਗ ਦੇ ਵਿੱਚ ਵਰਕ ਹੈ, ਹੈਂਡ ਵਰਕ ਹੈ ਜੀ ਇਹ ਸੂਟ ਸਾਰਾ। ਅਤੇ ਇੱਧਰ ਇਹ ਬਾਜੂ ਦੀ ਡਿਜ਼ਾਇਨਿੰਗ ਆ ਗਈ ਸੀ, ਅਤੇ ਦੁਪੱਟੇ 'ਤੇ ਵੀ ਵਰਕ ਹੈ ਜੀ, ਫੋਰ ਸਾਈਡ ਗ੍ਰੀਨ ਪਾਈ ਹੋਈ ਹੈ ਜੀ ਦੁਪੱਟੇ 'ਤੇ, ਕੋਰਨਰ 'ਤੇ ਫਲਾਵਰ ਹੈ ਜੀ, ਅਤੇ ਸੈਂਟਰ ਦੇ ਵਿੱਚ ਸਟੋਨ ਵਰਕ ਹੈ।
ਬਹੁਤ ਸੋਹਣਾ ਸੂਟ ਹੈ ਜੀ, 4500 ਪ੍ਰਾਈਸ ਹੈ ਜੀ ਸੂਟ ਦਾ। ਹਾਂਜੀ, ਰੈਡ ਕਲਰ ਫਰੰਟ ਹੈਵੀ ਵਰਕ ਹੈ ਜੀ, ਦੇਖੋ ਬਹੁਤ ਫਿਨਿਸ਼ਿੰਗ ਦੇ ਵਿੱਚ ਵਰਕ, ਦੇਖੋ ਬਹੁਤ ਸੋਹਣੀ ਹੈ ਜੀ, ਪੂਰੇ ਫਰੰਟ 'ਤੇ ਵਰਕ ਹੈ ਜੀ। ਠੀਕ ਹੈ ਜੀ, ਅਤੇ ਨੀਚੇ ਵੇਲ ਪਾਈ ਹੋਈ ਹੈ ਜੀ, ਅਤੇ ਇੱਧਰ ਇਹ ਬਾਜੂ ਦੀ ਡਿਜ਼ਾਇਨਿੰਗ ਹੈ ਜੀ, ਇਹਦਾ ਫਰੰਟ ਹੈਗੀ ਹੈ, ਬਾਜੂ 'ਤੇ ਲਾਈਟ ਵਰਕ ਕੀਤਾ ਹੋਇਆ ਜੀ, ਅਤੇ ਦੁਪੱਟਾ ਬਹੁਤ ਸੋਹਣਾ ਜੀ, ਪਿਓਰ ਸਮਾਨ ਦੇ ਵਿੱਚ ਦੁਪੱਟਾ ਹੈ ਜੀ, ਦੁਪੱਟੇ ਦੇ 4 ਸੈਡ ਪਲਸ ਵਰਕ ਵਾਲੀ ਲੈਸ ਲੱਗੀ ਹੋਈ ਹੈ, ਅਤੇ ਵੇਲ ਪਾਈ ਹੋਈ ਹੈ ਜੀ, ਅਤੇ ਸੈਂਟਰ ਦੇ ਵਿੱਚ ਵੀ ਫਲਾ ਬਣਿਆ ਜੀ, ਸਨੋਨ ਦਾ ਦੁਪੱਟਾ 2.5 ਮੀਟਰ ਦਾ ਜੀ, ਕਿੰਨਾ ਹੁੰਦਾ 5500 ਪ੍ਰਾਈਸ ਹੈ ਜੀ ਸੂਟ ਦਾ। ਹਾਂਜੀ, ਬੇਬੀ ਪਿੰਕ ਕਲਰ, ਟੋਟਲੀ ਹੈਂਡ ਵਰਕ ਹੈ ਜੀ, ਮਲਟੀ ਸ਼ੇਡ ਦੇ ਵਿੱਚ ਇਹਦਾ ਵਰਕ ਕੀਤਾ ਹੋਇਆ, ਪਿਓਰ ਕਰੇਵ ਸਟੱਫ ਹੈ ਜੀ, ਅਤੇ ਨੀਚੇ ਘੇਰੇ ਦੀ ਡਿਜ਼ਾਇਨਿੰਗ ਬਹੁਤ ਸੋਹਣੀ ਹੈ ਜੀ, ਫੰਕਸ਼ਨਲ ਸੂਟ ਹੈ ਜੀ, ਬਹੁਤ ਹੀ ਸੋਹਣਾ ਵਰਕ ਮਲਟੀ ਸ਼ੇਡ ਦੇ ਵਿੱਚ। ਚਨੌਨ ਦਾ ਦੁਪੱਟਾ ਹੈ, ਹੈਂਡ ਵਰਕ ਕੀਤਾ ਹੈ, ਵੇਲ ਪਾਈ ਹੋਈ, ਅਤੇ ਸੈਂਟਰ ਦੇ ਵਿੱਚ ਵੀ ਫਲਾਵਰ ਹੈ, ਪਿਓਰ ਚਨੌਨ ਦਾ ਦੁਪੱਟਾ, 6000 ਪ੍ਰਾਈਸ ਹੈ ਜੀ ਸੂਟ ਨਾ, ਪਿਓਰ ਕਰੇਵ ਸਟੱਫ ਹੈ। ਹਾਂਜੀ, ਮਜੰਟਾ ਕਲਰ, ਟੋਟਲੀ ਹੈਂਡ ਵਰਕ ਹੈ, ਲਾਈਨਿੰਗ ਦੇ ਵਿੱਚ ਵਰਕ ਹੈ ਜੀ, ਇਹਦਾ ਕੀਤਾ ਹੈ, ਕਰੇਵ ਸਟੱਫ ਦੇ ਹੈਗਾ ਜੀ, ਡਿਜ਼ਾਇਨਿੰਗ ਹੈ ਜੀ, ਅਤੇ ਨੀਚੇ ਘੇਰੇ 'ਤੇ ਵੇਲ ਪਾਈ ਹੋਈ ਹੈ ਜੀ, ਜਦੋਂ ਵੇਲ ਆਏਗੀ ਜੀ ਘੇਰੇ ਦੇ ਉੱਤੇ, ਬਾਜੂ 'ਤੇ ਵੀ ਵਰਕ ਹੈ ਜੀ, ਬਹੁਤ ਸੋਹਣਾ ਸੂਟ ਹੈ ਜੀ, ਇੱਥੇ ਵੀ ਡਿਜ਼ਾਇਨਿੰਗ ਰਹੇਗੀ ਜੀ, ਇਹਦੇ ਨਾਲ ਤੁਸੀਂ ਸ਼ਰਾਰਾ ਗਰਾਰਾ ਇੱਦਾਂ ਪਾਈਪਿੰਗ ਲਗਾ ਕੇ ਬਣਵਾ ਸਕਦੇ, ਬਹੁਤ ਸੋਹਣਾ ਡਿਜ਼ਾਇਨਰ ਸੂਟ ਬਣੇਗਾ ਸੀ, ਅਤੇ ਇਹਦਾ ਦੁਪੱਟਾ ਟੋਟਲੀ ਹੈਂਡ ਵਰਕ ਹੈ ਜੀ ਦੁਪੱਟੇ ਦੇ ਉੱਤੇ। ਠੀਕ ਹੈ ਜੀ, 4 ਸਾਈਡ ਕੱਟ ਵਰਕ ਅਤੇ ਲਾਈਨਿੰਗ ਦੇ ਵਿੱਚ ਵਰਕ ਹੈ ਜੀ, ਬਹੁਤ ਸੋਹਣਾ ਸੂਟ ਹੈ ਜੀ। ₹4000 ਪ੍ਰਾਈਸ ਹੈ ਜੀ ਸੂਟ ਦਾ। ਹਾਂਜੀ, ਕਰੇਵ ਸਟੱਫ, ਮਸ਼ੀਨੀ ਵਰਕ ਹੈ ਜੀ ਇਹ ਸੂਟ, ਬਹੁਤ ਸੋਹਣਾ ਹੈਵੀ ਵਰਕ ਹੈ ਜੀ ਕੀਤਾ ਹੋਇਆ ਫਰੰਟ ਦੇ ਉੱਤੇ, ਕਲਰ ਵੀ ਬਹੁਤ ਸੋਹਣਾ ਜੀ, ਫਿਰੋਜ਼ੀ ਕਲਰ ਲਾਈਟ, ਅਤੇ ਨੀਚੇ ਘੇਰੇ 'ਤੇ ਪੈਚ ਵਰਕ 'ਤੇ ਵਰਕ ਕੀਤਾ ਹੋਇਆ, ਕਰੇਵ ਸਟੱਫ ਰਹੇਗਾ ਜੀ, ਪਿਓਰ ਚਨੌਨ ਦਾ ਸੂਟ ਹੈ ਜੀ, ਇਹਦੇ ਦੁਪੱਟੇ 'ਤੇ ਵੀ ਵਰਕ ਹੈ ਜੀ, ਅਤੇ ਇਹਦੇ ਨਾਲ ਚਨੌਨ ਦਾ ਦੁਪੱਟਾ ਵਿੱਧ ਵਰਕ ਕੀਤਾ ਹੋਇਆ ਜੀ ਦੁਪੱਟੇ 'ਤੇ, ਹੋਰ ਸਾਈਡ ਸਮੋਸਾ ਲੈਸ ਲੱਗੀ ਹੋਈ ਹੈ ਜੀ, ਇਹ ਵੀ ਸੂਟ ਬਹੁਤ ਸੋਹਣਾ ਹੈ, ਕਲਰ ਵੀ ਬਹੁਤ ਵਧੀਆ ਜੀ, 4000 ਪ੍ਰਾਈਸ ਹੈ ਜੀ। ਠੀਕ ਹੈ ਜੀ, ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।